ਸਿੱਧੂ ਮੂਸੇਵਾਲਾ ਕਤਲਕਾਂਡ ਤੋਂ ਬਾਅਦ ਮਸ਼ਹੂਰ ਹੋਏ ਗੈਂਗਸਟਰ ਗੋਲਡੀ ਬਰਾੜ ਨੂੰ ਭਾਰਤ ਸਰਕਾਰ ਨੇ ਅੱਤਵਾਦੀ ਐਲਾਨ ਦਿੱਤਾ। ਕੇਂਦਰੀ ਜਾਂਚ ਏਜੰਸੀ NIA ਵੱਲੋਂ ਗੈਂਗਸਟਰਾਂ ਨਾਲ ਜੁੜੇ ਮਾਮਲਿਆਂ ਨੂੰ ਵੇਖਦੇ ਹੋਏ 28 ਗੈਂਗਸਟਰਾਂ ਦੀ ਲਿਸਟ ਕੇਂਦਰੀ ਵਿਭਾਗ ਨੂੰ ਭੇਜੀ ਗਈ ਹੈ, ਜਿਸ 'ਚ ਮਸ਼ਹੂਰ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਗੈਂਗਸਟਰ ਗੋਲਡੀ ਬਰਾੜ ਨੂੰ ਅੱਤਵਾਦੀ ਐਲਾਨਿਆ ਗਿਆ ਹੈ। ਗੋਲਡੀ ਬਰਾੜ 'ਤੇ ਪੰਜਾਬ, ਹਰਿਆਣਾ, ਦਿੱਲੀ ਅਤੇ ਰਾਜਸਥਾਨ ਅਤੇ ਨਾਲ ਹੋਰ ਲੱਗਦੇ ਰਾਜਾਂ 'ਚ ਟਾਰਗੇਟ ਕਿਲਿੰਗ, ਨਸ਼ੇ ਦਾ ਕਾਰੋਬਾਰ, ਨਜਾਇਜ਼ ਹਥਿਆਰ ਸਪਲਾਈ ਕਰਵਾਉਣ ਦੇ ਇਲਜ਼ਾਮ ਨੇ ਅਤੇ NIA ਦੀ ਜਾਂਚ ਮੁਤਾਬਕ ਗੋਲਡੀ ਬਰਾੜ ਦੇ ਸਿੱਧੇ ਲਿੰਕ ਲਖਬੀਰ ਲੰਡਾ ਨਾਲ ਮਿਲੇ ਨੇ, ਜਿਸ 'ਤੇ ਮੋਹਾਲੀ ਅਤੇ ਤਰਨ ਤਾਰਨ 'ਚ RPG ਅਟੈਕ ਕਰਨ ਦੇ ਇਲਜ਼ਾਮ ਨੇ। ਇੰਨਾ ਹੀ ਨਹੀਂ, ਗੋਲਡੀ ਬਰਾੜ 'ਤੇ ਡੇਰਾ ਸੱਚਾ ਸੌਦਾ ਦੇ ਅਨੁਆਈ ਪ੍ਰਦੀਪ ਸਿੰਘ ਦੇ ਵੀ ਕਤਲ ਦੇ ਇਲਜ਼ਾਮ ਨੇ, ਜਿਸ 'ਤੇ ਬੇਦਬੀ ਦੇ ਆਰੋਪ ਲੱਗੇ ਸਨ। ਅਤੇ ਹੁਣ NIA ਵੱਲੋਂ ਗੋਲਡੀ ਬਰਾੜ ਨੂੰ ਅੱਤਵਾਦੀ ਐਲਾਨ ਦਿੱਤਾ ਗਿਆ ਅਤੇ NIA ਨੂੰ ਗੋਲਡੀ ਬਰਾੜ ਦੀ ਆਖਰੀ ਲੋਕੇਸ਼ਨ ਅਮਰੀਕਾ 'ਚ ਪਤਾ ਲੱਗੀ ਸੀ ਅਤੇ ਗੋਲਡੀ ਬਰਾੜ ਨੇ ਵਿਦੇਸ਼ 'ਚ ਬੈਠ ਕੇ ਹੀ ਸਿੱਧੂ ਮੂਸੇਵਾਲੇ ਦੇ ਕਤਲ ਦੀ ਸਾਜ਼ਿਸ਼ ਰਚੀ ਸੀ, ਜਿਸ ਬਾਰੇ ਗੋਲਡੀ ਬਰਾੜ ਨੇ ਕਈ ਚੈਨਲਸ 'ਤੇ ਦਿੱਤੀਆਂ ਇੰਟਰਵਿਊਜ਼ 'ਚ ਮੰਨਿਆ ਵੀ ਅਤੇ ਕਈ ਵੱਡੇ ਅਮੀਰ ਲੋਕਾਂ ਨੂੰ ਗੋਲਡੀ ਬਰਾੜ ਦੇ ਨਾਂ ਤੋਂ ਫਿਰੌਤੀ ਦੀਆਂ ਕਾਲਸ ਵੀ ਆ ਚੁੱਕੀਆਂ ਨੇ ਅਤੇ ਹੁਣ NIA ਵੱਲੋਂ ਇਸ ਵਾਰਦਾਤਾਂ ਨੂੰ ਦੇਖਦੇ ਹੋਏ ਗੋਲਡੀ ਬਰਾੜ ਨੂੰ ਅੱਤਵਾਦੀ ਐਲਾਨ ਦਿੱਤਾ ਹੈ। ਤੁਹਾਡਾ ਕੀ ਕੁਛ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ।